फिलौर नज़दीक पिंड गन्ना पिंड विखे चोरों ने एक घर नूं निशाना बना के घर विच पिया कीमती समान चोरी कर लिया। इस संबंधी जानकारी दिंदिया रोमी पत्नी धर्मिंदर ने दस्सिया कि वह अपने रिश्तेदारां दे गुरदासपुर विखे मत्था टेकन लई गए हुए सन ते जदों वापस घर आए तां देखिया कि बाहरले गेट दा चोर ताला तोड़ के घर अंदर दाखिल होए ते घर विचों दो भरे सिलेंडर, एक वड्डी LCD, एक इनवर्टर, एक तोले सोने दीआं वालीआं दा जोड़ा अते होर कीमती समान लै के फरार हो चुके सन, जिस नाल उन्हां दा लगभग 1.5 लाख रुपए का नुकसान हो गया। इस संबंधी पीड़ित परिवार ने इस चोरी की सूचना फिलौर पुलिस नूं दे दित्ती है। परिवारक मैंबरां ने पुलिस नूं दित्ती शिकायत विच कहा कि उन्हां दे घरां दे बाहर नशे दे आदि लड़के बिना कारण तो खड़े रहिंदे हन, जिन्हां नूं तुरंत ही हटाया जावे। ਰੋਮੀ ਨਾਮ ਮੇਰਾ, ਗੁਰਦਾਸਪੁਰ ਗਈ ਆਪਣੇ ਪੇਕਿਆਂ ਦੇ, ਹਾਂਜੀ, ਤੇ ਗੰਨੇ ਪਿੰਡ ਦੇ ਰਹਿਣ ਵਾਲੇ ਆ, ਹਾਂਜੀ। ਜਦੋਂ ਮੈਂ ਘਰ ਆਈ ਜਿੰਦਰਾ ਖੋਲਿਆ ਬਾਹਰ ਵਾਲਾ ਉਹ ਸਹੀ ਸੀ, ਜਦੋਂ ਮੈਂ ਗਰੇਡ ਦਾ ਖੋਲਿਆ ਤਾਂ ਟੁੱਟਾ ਸੀ, ਹਾਂਜੀ, ਤੇ ਜਦੋਂ ਦੇਖ ਸਮਾਨ ਦੇ ਕੇ ਸਾਰਾ ਹੀ ਲੈ ਗਏ ਚੁੱਕੇ। ਕੀ ਲਗਾਇਆ? ਇਹ ਦੋ ਸਿਲੰਡਰ ਹੈ, ਇੱਕ LCD ਹੈ, ਇੱਕ ਵਾਲੀਆਂ ਦਾ ਜੋੜਾ, ਇੱਕ ਇਨਵੇਟਰ। ਕਿੰਨੇ ਦਾ ਨੁਕਸਾਨ ਹੋ ਗਿਆ ਲਗਭਗ? ਉਹੀ ਕਿਹਾ ਨਾ, 50-60 ਦਾ। 50-60 ਹਜ਼ਾਰ ਦਾ। ਪੁਲਿਸ ਪ੍ਰਸ਼ਾਸਨ ਆ ਗਿਆ ਤੁਹਾਡੇ ਕੋਲ? ਹਾਂਜੀ। ਕੀ ਗੱਲ ਹੋਈ ਤੁਹਾਡੇ ਨਾਲ ਉਹਨਾਂ ਦੀ? ਹਾਂਜੀ ਹਾਂਜੀ। ਕੀ ਕਹਿਣਾ ਚਾਹੁੰਦੇ ਹੋ? ਮੇਰਾ ਹੱਲ ਹੋਣਾ ਚਾਹੀਦਾ ਜੀ, ਮੇਰਾ ਸਮਾਨ ਮਿਲਣਾ ਚਾਹੀਦਾ। ਕਿ ਜਿੰਦੇ ਜਿੰਦੇ ਭੰਨ ਕੇ ਲਗਾਏ? ਜਿੰਦੇ ਭੰਨ ਕੇ ਗਰਿੱਲ ਵੱਢੀ ਆ ਉਹਨਾਂ ਨੇ, ਤੇ 5-6 ਆਂਢ ਗੁਆਂਢ ਘਰ ਆਪਾਂ ਕਿਸੇ ਨੂੰ ਤਾਂ ਪਤਾ ਲੱਗਦਾ ਹੀ ਆ। ਹਾਂਜੀ। ਤੇ ਗਿਆ ਕਿਧਰੋਂ, ਕੋਠੇ ਕੋਠੇ ਗਿਆ ਆ, ਲੋਕਾਂ ਨੇ ਪੁੱਛਗਿੱਛ ਕਰੋ ਕਰਨਾ। ਕੋਈ ਸ਼ੱਕ ਕਿਸੇ? ਸ਼ੱਕ ਸ਼ੁੱਕ ਸਾਰੇ ਮੇਰੇ ਚੇ ਸਾਰੇ ਜਿੱਦਾਂ ਪਿੰਦੇ ਲੋਕੀ ਆਂਢ ਗੁਆਂਢ, ਮੈਨੂੰ ਸ਼ੱਕ ਆ ਉਹਨਾਂ ਦੇ। ਠੀਕ ਹੈ ਜੀ। ਜਿੱਦਾਂ ਬੰਦ ਹੋਣਾ ਚਾਹੀਦਾ ਬਈਏ ਤੂੰ, ਆਪਣੇ ਘਰ ਤੇ ਖਾਲੀ ਕਰਦੇ ਲੋਕਾਂ ਦੇ, ਸਾਡਾ ਵੀ ਕੰਦੇ ਪਏ। ਹਾਂ, ਇਹ ਮਤਲਬ ਕਹਿਣ ਦਾ ਬਾਈ ਚਿੱਟੇ ਵਾਲਿਆਂ ਨੇ ਤੁਹਾਡੇ ਘਰ ਚਿੱਟੇ ਨੇ ਕੀਤਾ ਜੀ। ਕੀ ਕਹਿਣਾ ਚਾਹੁੰਦੇ ਹੋ? ਮੇਰਾ ਸਮਾਨ ਲੈ ਕੇ ਦਿਓ ਜੀ ਉਹਨਾਂ ਕੋਲ। ਮੇਰਾ ਨਾਮ ਹੈ ਜਤਿੰਦਰ ਕੁਮਾਰ ਜੀ, ਮੇਰੀ ਇਹ ਮਾਸੀ ਦਾ ਘਰ ਹੈ ਜੀ। ਠੀਕ ਹੈ, ਇਹਨਾਂ ਨੂੰ ਨਹੀਂ ਪਤਾ ਸੀ ਵੀ ਅਮਾਊਂਟ ਕੀ ਹੈ, ਵੀ ਕਿੰਨੇ ਪੈਸੇ ਦਾ ਸਮਾਨ ਚੋਰੀ ਹੈ ਕਿੰਨਾ ਨਹੀਂ। ਹੁਣ ਅਸੀਂ ਮਤਲਬ ਅਸੀਂ ਇਹਨਾਂ ਘਰ ਆ ਕੇ ਉਸ ਤਲਾਈ ਹੈ ਸਮਾਨ ਦੀ, ਇੱਕ ਇਨਵਰਟਰ, ਦੋ ਸਿਲੰਡਰ, ਇੱਕ LCD, ਇੱਕ ਵਾਲੀਆਂ ਦਾ ਜੋੜਾ ਜੀ। ਠੀਕ ਹੈ, ਜਿਹਦੇ ਕਰਕੇ ਸਾਨੂੰ ਪਤਾ ਲੱਗਾ 1.5 ਲੱਖ ਤੋਂ ਵੀ ਵੱਧ ਹੀ ਹੋਏਗਾ ਸਮਾਨ, 1.5 ਲੱਖ ਤੱਕ ਸਾਡੀ ਔਸਤ ਹੈ ਵੀ ਜਿਹੜੀ ਇਹ ਚੋਰੀ ਹੋ ਗਈ। ਅਸੀਂ ਇੱਕੋ ਹੀ ਮੰਗ ਚਾਹੁੰਦੇ ਹਾਂ ਵੀ ਇਹਨਾਂ ਦਾ ਸਮਾਨ ਵਾਪਸ ਦਿੱਤਾ ਜਾਵੇ, ਵੀ ਪੁਲਿਸ ਪ੍ਰਸ਼ਾਸਨ ਨੂੰ ਵੀ ਇਹ ਹੈ ਬੇਨਤੀ ਵੀ ਇਹਨਾਂ ਦਾ ਸਮਾਨ ਜਲਦ ਤੋਂ ਜਲਦ। ਇਹ ਕਿੱਥੇ ਗਏ ਸੀ, ਕੀ ਨਾਂ ਜਿਨ੍ਹਾਂ ਦੇ ਘਰ ਚੋਰੀ ਹੋਈ ਆ? ਇਹ ਮੇਰੀ ਭਰਜਾਈ ਹੈ। ਕੀ ਨਾਂ ਹੈ? ਇਹ ਇਹਨਾਂ ਦਾ ਨਾਮ ਹੈ ਰੋਮੀ। ਓਕੇ। ਇਹਨਾਂ ਦੇ ਘਰ ਵਾਲੇ ਦਾ ਨਾਮ ਹੈ ਧਰਮਿੰਦਰ ਜੀ। ਠੀਕ ਹੈ, ਇਹ ਗਏ ਸੀ ਪਠਾਨਕੋਟ ਜੀ ਆਪਣਾ ਮੇਲਾ ਦੇਖਣ ਜੀ। ਮੇਲਾ ਦੇਖ ਕੇ ਕੱਲ੍ਹ ਗਏ ਆ, ਰਾਤੀ ਆਏ ਆ, ਰਾਤ ਇਹਨਾਂ ਨੇ ਕੀ ਆ ਕੇ ਦੇਖਿਆ ਵੀ ਸਾਡੇ ਘਰ ਵੀ ਜਿੰਦੇ ਟੁੱਟੇ ਨੇ, ਬਾਹਰਲਾ ਗੇਟ ਜਿਹੜਾ ਮਤਲਬ ਬੰਦ ਸੀ, ਅੰਦਰ ਜਿਹੜੀ ਕੋਠੇ ਰਸਤੇ ਵੀ ਮਤਲਬ ਚੋਰੀ ਹੋਈ ਨਾ, ਉਹ ਗਰਿੱਲ ਸਾਰੀ ਟੁੱਟੀ ਪਈ ਹੈ। ਵੀ ਸਾਡੀ ਇਹ ਮੰਗ ਹੈ ਇੱਕ, ਜਿਹੜੇ ਇੱਥੇ ਚੌਂਕ ਦੇ ਵਿੱਚ ਬੰਦੇ ਖੜਦੇ ਚਿੱਟੇ ਵਾਲੇ, ਉਹ ਬੰਦ ਕੀਤੇ ਜਾਣ ਜੀ। ਮਤਲਬ ਪ੍ਰਸ਼ਾਸਨ ਆ ਗਿਆ? ਹਾਂਜੀ, ਪ੍ਰਸ਼ਾਸਨ ਆਏ। ਕੀ ਬਿਆਨ ਹੋ ਗਏ ਆ? ਬਿਆਨ ਹੋ ਗਏ। ਕੀ ਮੰਗ ਕਰਦੇ ਹੋ? ਮੰਗ ਅਸੀਂ ਇਹ ਕਰਦੇ ਵੀ ਚਿੱਟੇ ਵਾਲੇ ਬੰਦ ਹੋਣ ਇੱਥੋਂ, ਤੇ ਇਹਨਾਂ ਦਾ ਸਮਾਨ ਵਾਪਸ ਦਿੱਤਾ ਜਾਵੇ, ਇਹਨਾਂ ਨੂੰ ਇਨਸਾਫ ਮਿਲੇ। ਉਧਰ ਫਿਲੌਰ ਥਾਣੇ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਉਹਨਾਂ ਕਿਹਾ ਕਿ ਜਲਦ ਹੀ ਪੁਲਿਸ ਇਹਨਾਂ ਚੋਰਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਪਹੁੰਚਾਏਗੀ। ਮੈਂ ਇਸੇ ਧਰਮਿੰਦਰ ਸਿੰਘ ਥਾਣਾ ਫਿਲੌਰ ਤੋਂ ਅੱਜ ਡਿਊਟੀ ਅਫਸਰ ਸੀਗਾ। ਮੈਨੂੰ 112 ਤੋਂ ਇੱਕ ਕੰਪਲੇਂਟ ਆਈ ਵੀ ਗੰਨਾ ਪਿੰਡ ਜਿਹੜੀ ਆ ਚੋਰੀ ਹੋ ਗਈ ਆ। ਮੌਕੇ 'ਤੇ ਆਏ ਹਾਂ, ਇੱਥੇ ਪਤਾ ਲੱਗਾ ਕਿ ਇਹ ਜਿਹੜੇ ਧਰਮਿੰਦਰ ਸਿੰਘ ਸਾਨੂੰ ਮਨੋਹਰ ਲਾਲ, ਇਹ ਕਦੇ ਫੰਕਸ਼ਨ ਦੇ ਵਿੱਚ ਗੁਰਦਾਸਪੁਰ ਗਏ ਸੀਗੇ। ਇਹਨਾਂ ਨੇ ਆ ਕੇ ਜਦੋਂ ਆਪਣਾ ਦਰਵਾਜ਼ਾ ਮੇਨ ਖੋਲ੍ਹਿਆ ਤਾਂ ਅੱਗੇ ਜਿਹੜਾ ਗਰਿੱਲ ਟੁੱਟੀ ਤੁਸੀਂ ਦੇਖੀਦਾ, ਅਤੇ ਇਹਨਾਂ ਦੇ ਵਿੱਚੋਂ ਇੱਕ, ਦੋ ਸਿਲੰਡਰ, ਇੱਕ ਇਨਵੇਟਰ, ਦੋ ਵਾਲੀਆਂ ਜੋੜਾ ਅਤੇ LCD ਜਿਹੜੀ ਚੋਰੀ ਹੋਈ ਆ, ਅਤੇ ਉਹ ਮੌਕੇ 'ਤੇ ਦੇਖ ਲਈ ਆ, ਅਤੇ ਬਿਆਨ ਇਹਨਾਂ ਦਾ ਲੈ ਕੇ ਜੋ ਕਾਬਲਦੀ ਕਾਰਵਾਈ ਕਰ। ਕਿੰਨੇ ਕੁ ਦਾ ਦੱਸੇ ਲਗਭਗ ਨੁਕਸਾਨ ਇਹਨਾਂ ਨੇ? ਨੁਕਸਾਨ ਤਾਂ ਹੈਗਾ ਵਾ 40,000 ਦਾ ਹੋਊਗਾ। ਓਕੇ, ਇਨਵੇਟਰ ਵੀ ਆ, ਜਿਵੇਂ LCD ਆ, ਦੋ ਵਾਲੀਆਂ ਦੇ ਜੋੜੇ ਆ, ਅਤੇ ਇੱਕ ਵਾਲੀਆਂ ਦਾ ਜੋੜਾ ਅਤੇ LCD ਆ। ਠੀਕ ਹੈ ਜੀ।